ਇਹਦਾ ਤੇ ਪਤਾ ਨਹੀਂ ਲੱਗਾ, ਵੈਸੇ ਟਰੱਕ ਤੋਂ ਕੱਲ ਹੀ ਆਇਆ ਹੈ ਤੇ ਇਹਨੇ ਟੀਕਾ ਇਹਦਾ ਲਾਇਆ ਤੇ ਉਹਦੇ ਨਾਲ ਹੀ ਪੂਰਾ ਹੋ ਗਿਆ। ਹਸਪਤਾਲ ਖੜਿਆ ਦੋ ਦਿਨ ਹੀ ਤੇ ਉਹਨਾਂ ਜਵਾਬ ਦਿੱਤਾ। ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ? ਸਰਕਾਰਾਂ ਦੀ ਅਣਗਹਿਲੀ ਆ, ਜਿਹੜੀ ਪ੍ਰਸ਼ਾਸਨ ਨਸ਼ੇ ਦੇ ਉੱਤੇ ਰੋਕ ਨਹੀਂ ਲਾ ਰਹੀ, ਇਹਨਾਂ ਨਾਲ ਘਰਾਂ ਦੇ ਘਰ ਬਰਬਾਦ ਹੋ ਰਹੇ। ਸਾਡੇ ਪਿੰਡ 'ਚ ਇਹਦੇ ਨਾਲ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ। ਹੁਣ ਇਹ ਕਹਿਣਾ ਵੀ ਜਿਹੜੇ ਨਸ਼ੇ ਦੇ ਬੰਦੀ ਲਾਈ ਹੈ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ, ਜੋ ਨਸ਼ੇ ਵੇਚਦੇ ਜਾਂ ਕਰਦੇ ਨੇ। ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਨਸ਼ੇ ਤੇ ਪਾਬੰਦੀ ਲਗਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਇਹਨਾਂ ਦਾਅਵਿਆਂ ਦੀ ਜ਼ਮੀਨੀ ਪੱਧਰ ਤੇ ਸੱਚਾਈ ਕੁਝ ਹੋਰ ਹੀ ਦੇਖਣ ਨੂੰ ਮਿਲ ਰਹੀ ਹੈ। ਮਾਮਲਾ ਅਜਨਾਲਾ ਦੇ ਪਿੰਡ ਸਰਾਏ ਦਾ ਹੈ, ਜਿੱਥੇ ਇੱਕ ਟਰੱਕ ਡਰਾਈਵਰ ਸਰਬਜੀਤ ਸਿੰਘ ਦੀ ਨਸ਼ੇ ਦੇ ਕਾਰਨ ਮੌਤ ਹੋਈ ਹੈ। ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਦੀ ਜੇਬ 'ਚੋਂ ਟੀਕਾ ਅਤੇ ਚਿੱਟੇ ਦੀ ਪੁੜੀ ਵੀ ਬਰਾਮਦ ਹੋਈ ਹੈ। ਇਸ ਸੰਬੰਧੀ ਮ੍ਰਿਤਕ ਸਰਬਜੀਤ ਸਿੰਘ ਦੇ ਕਰੀਬੀਆਂ ਨੇ ਦੱਸਿਆ ਕਿ ਮ੍ਰਿਤਕ ਟਰੱਕ ਡਰਾਈਵਰੀ ਕਰਦਾ ਸੀ ਤੇ ਬੀਤੇ ਕੱਲ ਹੀ ਘਰ ਆਇਆ ਸੀ, ਜਿਸ ਦੀ ਕਿ ਨਸ਼ੇ ਦੇ ਕਾਰਨ ਮੌਤ ਹੋਈ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਜੇਬ 'ਚੋਂ ਇੱਕ ਨਸ਼ੇ ਦਾ ਟੀਕਾ ਅਤੇ ਚਿੱਟੇ ਦੀ ਪੁੜੀ ਵੀ ਬਰਾਮਦ ਹੋਈ ਹੈ। ਉਹਨਾਂ ਨਾਲ ਹੀ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਆਪਣੇ ਦੋ ਛੋਟੇ ਬੱਚਿਆਂ ਨੂੰ ਛੱਡ ਗਿਆ ਹੈ। ਮੇਰਾ ਨਾਮ ਦਲਜੀਤ ਸਿੰਘ। ਕੀ ਗੱਲ ਹੋਈ ਸਰ? ਇਹ ਜੀ ਨਸ਼ੇ ਦਾ ਟੀਕਾ ਲਾ ਕੇ ਪੂਰਾ ਹੋ ਗਿਆ। ਕੀ ਨਾਮ ਸੀ ਇਹਦਾ? ਇਹ ਤਾਂ ਸਰਬਜੀਤ ਸਿੰਘ। ਅੱਛਾ, ਤੇ ਕੀ ਕਰਦਾ ਸੀ, ਕਾਹਦਾ ਕੰਮ ਕਰਦਾ ਸੀ? ਇਹ ਟਰੱਕ ਡਰਾਈਵਰੀ ਕਰਦਾ ਸੀ। ਪਹਿਲਾਂ ਵੀ ਕਿਤੇ ਲੰਬਾ ਲੰਦਾ ਸੀ? ਇਹਦਾ ਤੇ ਪਤਾ ਨਹੀਂ ਲੱਗਾ, ਵੈਸੇ ਟਰੱਕ ਤੋਂ ਕੱਲ ਹੀ ਆਇਆ ਹੈ ਤੇ ਇਹਨੇ ਟੀਕਾ ਇਹਦਾ ਲਾਇਆ ਤੇ ਉਹਦੇ ਨਾਲ ਹੀ ਪੂਰਾ ਹੋ ਗਿਆ। ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਟੀਕਾ ਲਾਇਆ? ਇਹਦੀ ਜੇਬ 'ਚੋਂ ਹੀ ਟੀਕਾ ਨਿਕਲਿਆ। ਤੁਹਾਡੇ ਨਾਲ ਕੋਈ ਗੱਲ ਕੀਤੀ ਘਰ ਪਹਿਲਾਂ ਇਹਨੇ, ਕੋਈ ਜਿੱਦਾਂ ਘਰ 'ਚ ਕਿਸੇ ਨੂੰ ਮਾਂ ਨੂੰ ਜਾਂ ਕਿਸੇ ਨਾਲ ਗੱਲ ਕੀਤੀ? ਨਹੀਂ, ਕੋਈ ਗੱਲ ਨਹੀਂ ਹੋਈ ਇਹਦੀ। ਅੱਜ ਤੂੜੀ ਅੰਦਰ ਸੁੱਟਣ ਲੱਗੇ ਹਾਂ ਤੇ ਮੈਂ ਬੰਦੇ ਲੈਣ ਚਲ ਗਿਆ ਤੇ ਮਗਰੋਂ ਇਹਨੇ ਟੀਕਾ ਲਾ ਲਿਆ ਤੇ ਹਸਪਤਾਲ ਖੜਿਆ ਦੋ ਤਿੰਨ ਹੀ ਤੇ ਉਹਨਾਂ ਜਵਾਬ ਦਿੱਤਾ। ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ? ਸਰਕਾਰਾਂ ਦੀ ਅਣਗਹਿਲੀ ਆ, ਜਿਹੜੀ ਪ੍ਰਸ਼ਾਸਨ ਨਸ਼ੇ ਦੇ ਉੱਤੇ ਰੋਕ ਨਹੀਂ ਲਾ ਰਹੀ, ਇਹਨਾਂ ਨਾਲ ਘਰਾਂ ਦੇ ਘਰ ਬਰਬਾਦ ਹੋ ਰਹੇ। ਸਾਡੇ ਪਿੰਡ 'ਚ ਇਹਦੇ ਨਾਲ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ। ਕੀ ਮੰਗ ਕਰਦੇ ਹੋ ਤੁਸੀਂ? ਇਹ ਪ੍ਰਸ਼ਾਸਨ ਨੂੰ ਇਹੋ ਹੀ ਆ ਕਿ ਤਕੜਾਈ ਦੇ ਨਾਲ ਇਹਦੇ ਉੱਤੇ ਰੋਕ ਪਾਈ ਜਾਵੇ। ਇਸ ਦੇ ਨਾਲ ਹੀ ਪਿੰਡ ਵਾਸੀਆਂ ਦਾ ਕਹਿਣਾ ਕਿ ਸ਼ਰਿਆਮ ਪਿੰਡ 'ਚ ਨਸ਼ਾ ਵਿਕ ਰਿਹਾ ਹੈ ਤੇ ਪਹਿਲਾਂ ਵੀ ਕਈ ਮੌਤਾਂ ਨਸ਼ੇ ਦੇ ਕਾਰਨ ਹੋ ਚੁੱਕੀਆਂ ਨੇ। ਉਹਨਾਂ ਕਿਹਾ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਨਸ਼ਾ ਵੇਚਣ ਵਾਲਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਸਮਾਂ ਰਹਿੰਦੇ ਨਸ਼ੇ ਨੂੰ ਠੱਲ ਪਾਈ ਜਾਵੇ। ਕੀ ਹੁੰਦਾ ਆਪਣਾ ਪਿੰਡ ਜੀ? ਪਿੰਡ ਗੁਰਜਿੰਦਰ ਸਿੰਘ ਮੇਰਾ ਨਾਂ, ਜੋ ਨੰਬਰਦਾਰ ਹੈ ਮੈਂ ਪਿੰਡ ਦਾ। ਹਾਂਜੀ, ਕੀ ਗੱਲ ਹੋਈ ਹੈ ਸਰ ਜੀ? ਇਹ ਜੀ ਟਰੱਕ ਡਰਾਈਵਰ ਸੀ ਤੇ ਸਾਡੇ ਪਿੰਡ ਚਿੱਟਾ ਬੜਾ ਵਿਕਦਾ, ਜੋ ਇਹ ਚਿੱਟੇ ਨੇ ਆਣ ਕੇ ਟੀਕਾ ਲਾਇਆ ਤੇ ਉਹਦੇ ਨਾਲ ਮੌਤ ਹੋ ਗਈ ਜੀ। ਕਦੀ ਤੁਸੀਂ ਪਹਿਲਾਂ ਨਹੀਂ ਕਦੀ ਪੁਲਿਸ ਨੂੰ ਨਹੀਂ ਦੱਸਿਆ ਕਦੀ ਵੀ ਇਹ ਪਾਸੇ? ਇਹ ਪ੍ਰਸ਼ਾਸਨ ਨੂੰ ਕਈ ਵਾਰੀ ਦੱਸਿਆ, ਫੜ ਕੇ ਪ੍ਰਸ਼ਾਸਨ ਫੇਰ ਛੱਡ ਦਿੰਦੀ ਹੈ। ਹਾਂਜੀ, ਅੱਜ ਬੜਾ ਵੱਡਾ ਇਹ ਹਾਦਸਾ ਹੋ ਗਿਆ, ਬਹੁਤ ਵੱਡਾ ਜਿਹੜਾ ਕਹਿਰ ਹੋਇਆ। ਕੀ ਮੰਗ ਕਰਦੇ ਜਣ ਪ੍ਰਸ਼ਾਸਨ? ਹਾਂਜੀ, ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਵੀ ਸਾਡੇ ਪਿੰਡ 'ਚ ਚਿੱਟਾ ਜਿਹੜਾ ਉਹ ਬੰਦ ਹੋਣਾ ਚਾਹੀਦਾ। ਕਿੰਨੀਆਂ ਕੁ ਜਾਨਾਂ ਜਾ ਚੁੱਕੀਆਂ ਨੇ? ਇਹ ਤਾਂ ਪਤਾ ਨਹੀਂ ਕਿੰਨੀਆਂ ਜਾ ਚੁੱਕੀਆਂ ਨੇ ਪਿੰਡ ਸਰਾਵਾਂ 'ਚ। ਪਰਮਜੀਤ ਸਿੰਘ। ਕੀ ਗੱਲ ਹੋਈ ਸਰ ਜੀ? ਇਹ ਟਰੱਕ ਚਲਾਉਂਦਾ ਸੀ ਤੇ ਬਾਹਰ ਹੀ ਨਸ਼ਾ ਨੁਸ਼ਾ ਕਰਦਾ ਰਿਹਾ, ਹੁਣ ਪਤਾ ਤਾਂ ਹੁਣ ਹੀ ਲੱਗਾ ਇਹਨਾਂ ਨੂੰ ਕਿ ਨਸ਼ਾ ਕਰਦਾ ਤੇ ਅਚਾਨਕ ਕਿਤੇ ਕੋਈ ਟੀਕਾ ਟੂਕਾ ਲਾ ਲਿਆ ਤੇ ਉਹਦੇ ਨਾਲ ਮੌਤ ਹੋ ਗਈ। ਕੀ ਗੱਲ, ਕੀ ਕਹਿਣਾ ਚਾਹੁੰਦੇ ਸਰਕਾਰ? ਹੁਣ ਇਹ ਕਹਿਣਾ ਵੀ ਜਿਹੜੇ ਨਸ਼ੇ ਦੇ ਬੰਦੀ ਲਾਈ ਹੈ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ, ਜੋ ਨਸ਼ੇ ਵੇਚਦੇ ਜਾਂ ਕਰਦੇ ਨੇ ਜੋ ਕੁਛ। ਪਹਿਲਾਂ ਨਹੀਂ ਪਤਾ ਲੱਗਾ ਕਿ ਪਹਿਲਾਂ? ਨਹੀਂ ਨਹੀਂ, ਪਹਿਲਾਂ ਤਾਂ ਨਹੀਂ, ਰਹਿੰਦੇ ਬਾਹਰ ਸੀ। ਕਾਬਲੇ ਗੌਰ ਹੈ ਕਿ ਨਸ਼ੇ ਦੇ ਕਾਰਨ ਇੱਕ ਘਰ 'ਚ ਸੱਥਰ ਵਿਛ ਗਏ ਨੇ, ਜਿਸ ਕਾਰਨ ਛੋਟੇ ਛੋਟੇ ਬੱਚੇ ਬਿਨਾਂ ਪਿਓ ਤੋਂ ਰੋਲਣ ਦੇ ਲਈ ਮਜਬੂਰ ਹੋਏ ਨੇ ਤੇ ਨਿਤ ਦਿਨ ਨਸ਼ੇ ਦੇ ਕਾਰਨ ਹੋ ਰਹੀਆਂ ਮੌਤਾਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਨਸ਼ੇ ਤੇ ਠੱਲ ਪਾਉਣ ਦੇ ਦਾਅਵਿਆਂ ਦੀ ਪੋਲ ਖੋਲ ਰਹੀਆਂ ਨੇ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ।